ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ। ਚੈਨਲ ਪੰਜਾਬ ਵੈਦਰ ਯਾਨੀ ਕਿ ਪੰਜਾਬ ਦਾ ਮੌਸਮ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 23, 24 ਅਤੇ 25 ਇਹਨਾਂ ਤਿੰਨ ਦਿਨਾਂ ਦੌਰਾਨ ਜਿਹੜਾ ਮੌਸਮ ਹੈ ਪੰਜਾਬ ਦਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ, 25 ਸਤੰਬਰ ਤੱਕ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਰਹਿਣ ਵਾਲੇ ਨੇ, ਕੀ ਗੜਬੜੀ ਹੋਣ ਦੇ ਆਸਾਰ ਨੇ, ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਸਭ ਵੀਰਾਂ ਭੈਣਾਂ ਨੂੰ ਜੋ ਆਪਣੇ ਚੈਨਲ 'ਤੇ ਮੌਸਮ ਦੀ ਜਾਣਕਾਰੀ ਦੇਖਦੇ ਨੇ ਅਤੇ ਜਿਹੜੇ ਨਵੇਂ ਨੇ ਹਾਲੇ ਤੱਕ ਵੀਰ ਆਪਣੇ, ਉਹ ਸਭ ਜੇ ਆਪਣਾ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀਆਂ ਆਪਣੀਆਂ ਮੌਸਮ ਦੀ ਲਗਾਤਾਰ ਜਾਣਕਾਰੀ ਆਪਾਂ ਦਿੰਦੇ ਰਹਿੰਦੇ ਹਾਂ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਜਿਹੜੇ ਮੌਸਮ ਦੀ ਗੱਲ ਕਰੀਏ ਤਾਂ ਜੀ ਆਪਾਂ 23, 24 ਅਤੇ 25 ਇਹਨਾਂ ਤਿੰਨ ਦਿਨਾਂ ਦੌਰਾਨ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਬੱਦਲਬਾਈ ਨਾਲ ਧੁੱਪ ਵਾਲਾ ਰਲਵਾਂ ਮਿਲਵਾਂ ਬਣਿਆ ਰਹਿਣ ਦੀ ਉਮੀਦ ਆ। ਜਿਹੜੀ ਕਿ ਪੰਜਾਬ ਦੇ 60 ਤੋਂ 70% ਏਰੀਏ ਹੋਣਗੇ ਉਹਨਾਂ ਵਿੱਚ ਹਲਕੀ ਬੱਦਲਬਾਈ ਹੈ ਜਿਹੜੀ ਦੇਖਣ ਨੂੰ ਮਿਲੇਗੀ ਅਤੇ ਜਿਹੜੀਆਂ ਹਵਾਵਾਂ ਹੋਣਗੀਆਂ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਚੱਲਣਗੀਆਂ ਅਤੇ ਹਵਾਵਾਂ ਦੀ ਰਫ਼ਤਾਰ ਵੀ ਤਕਰੀਬਨ ਕਹੀ ਆਪਾਂ 15 ਤੋਂ ਲੈ ਕੇ 30 ਕਿਲੋਮੀਟਰ ਦੀ ਰਫ਼ਤਾਰ ਤੱਕ ਚੱਲ ਸਕਦੀਆਂ ਨੇ ਅਤੇ ਸ਼ਾਮ ਦੇ ਵੇਲੇ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਪੱਛਮੀ ਹਵਾਵਾਂ ਜਿਹੜੀਆਂ ਠੰਡੀਆਂ ਹੁੰਦੀਆਂ ਹਨ ਉਹ ਚੱਲ ਸਕਦੀਆਂ ਨੇ, ਉਹਨਾਂ ਦੇ ਹਲਕੀ ਰੂਪ ਵਿੱਚ ਚੱਲਣ ਦੀ ਉਮੀਦ ਬਣਦੀ ਹੈ। ਅਤੇ ਜਿਹੜੇ 25, 24 ਅਤੇ 25 ਤਰੀਕ ਨੂੰ ਤਕਰੀਬਨ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜੀ ਹਵਾਵਾਂ ਤੇਜ਼ ਹੋ ਸਕਦੀਆਂ ਨੇ ਪੂਰਬੀ, ਕਿਉਂਕਿ ਜਿਹੜੀਆਂ ਨਵੀਂ ਵਾਲੀਆਂ ਹਵਾਵਾਂ ਪੂਰਬ ਤੋਂ ਲਗਾਤਾਰ ਪੰਜਾਬ ਹਰਿਆਣਾ ਏਰੀਏ ਉੱਤੇ ਦਾਖਲ ਹੋ ਰਹੀਆਂ ਨੇ। ਸੋ ਜਿਨ੍ਹਾਂ ਦੇ ਸਿੱਟੇ ਵਜੋਂ ਆਉਣ ਵਾਲੇ ਦਿਨਾਂ ਵਿੱਚ ਬਦਲੀ ਕਾਰਵਾਈਆਂ ਦਾ ਸਾਹਮਣਾ ਵੀ ਪੰਜਾਬ ਵਾਸੀਆਂ ਨੂੰ ਕਰਨਾ ਪੈ ਸਕਦਾ ਹੈ। ਸੋ ਫਿਲਹਾਲ ਜਿਹੜਾ 25 ਤਰੀਕ ਤੱਕ ਮੌਸਮ ਹੈ ਉਹ ਤਕਰੀਬਨ ਸਾਫ਼ ਬਣੇ ਰਹਿਣ ਦੀ ਉਮੀਦ ਬਣੀ ਹੋਈ ਹੈ, ਹਲਕੀ ਬੱਦਲਬਾਈ ਬਣੀ ਰਹੂਗੀ ਨਾਲ ਅਤੇ ਮੀਂਹ ਕਣੀ ਦੀ ਸੰਭਾਵਨਾ ਬਿਲਕੁਲ ਨਾ ਮਾਤਰ ਹੈ। ਇੱਕ ਦੋ ਸਥਾਨਾਂ 'ਤੇ ਹੋ ਸਕਦਾ ਹੈ ਵੀ ਹਲਕੀ ਛਿੱਟਾਦਾਰ ਵਰਖਾ ਜਿਹੜੀ ਕਹਿ ਸਕਦੇ ਹਾਂ ਆਪਾਂ ਕਿਣ ਮਿਣ ਹੋ ਸਕਦੀ ਹੈ, ਪਰ ਜ਼ਿਆਦਾਤਰ ਇਲਾਕੇ ਸਾਫ਼ ਰਹਿਣ ਦੀ ਉਮੀਦ ਹੈ, ਕਿਸੇ ਵੀ ਤਰ੍ਹਾਂ ਦੇ ਕੋਈ ਭਾਰੀ ਮੀਂਹ ਦੀ ਸੰਭਾਵਨਾ 25 ਸਤੰਬਰ ਤੱਕ ਬਿਲਕੁਲ ਨਹੀਂ ਹੈ। ਅਤੇ ਬਾਕੀ ਜਿਹੜੀ ਆਉਣ ਵਾਲੇ ਦਿਨਾਂ ਦੀ ਅਪਡੇਟ ਹੈ ਉਹ ਆਪਾਂ ਅਗਲੀ ਵੀਡੀਓ ਵਿੱਚ ਜਾਰੀ ਕਰਾਂਗੇ। ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ, ਧੰਨਵਾਦ ਜੀ।